ਫਾਜ਼ਿਲਕਾ ਦੀ ਮਲੋਟ ਰੋਡ ਤੇ ਪੈਂਦੀ ਗੰਗ ਕੈਨਾਲ ਨਹਿਰ ਵਿੱਚ ਇੱਕ ਕਾਰ ਡਿੱਗਣ ਨਾਲ ਚਾਰ ਨੌਜਵਾਨਾਂ ਦੀ ਹੋਈ ਮੌਤ। ਇਸ ਹਾਦਸੇ ਵਿੱਚ ਮਾਰੇ ਗਏ ਚਾਰੋਂ ਨੌਜਵਾਨ ਮੁਕਤਸਰ ਦੇ ਪਿੰਡ ਮਿੱਡੇ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿੱਚੋਂ ਇੱਕ ਦਾ ਵਿਆਹ 18 ਅਪ੍ਰੈਲ ਨੂੰ ਹੋਣਾ ਸੀ। ਜਿੱਥੇ ਇਸ ਹਾਦਸੇ ਵਿੱਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਇਹ ਚਾਰੋਂ ਨੌਜਵਾਨ ਇੱਕ ਹੀ ਪਿੰਡ ਦੇ ਰਹਿਣ ਵਾਲੇ ਸਨ ਅਤੇ ਕੰਬਾਈਨ ਉੱਤੇ ਡਰਾਈਵਰ ਲੱਗੇ ਹੋਏ ਸਨ। 12 ਤਾਰੀਖ ਸ਼ੁੱਕਰਵਾਰ ਦੀ ਰਾਤ ਨੂੰ ਚਾਰੋਂ ਨੌਜਵਾਨ ਜੋ ਮੱਧ ਪ੍ਰਦੇਸ਼ ਤੋਂ ਵਾਪਸ ਆਪਣੇ ਪਿੰਡ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਸਨ, ਜੋ ਇਸ ਨਹਿਰ ਵਿੱਚ ਡਿੱਗ ਗਏ, ਜਿਸ ਦਾ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ। ਪਰ ਅੱਜ ਸਵੇਰੇ ਜਦੋਂ ਨਹਿਰ ਦੇ ਆਸ-ਪਾਸ ਵੇਖਿਆ ਗਿਆ ਤਾਂ ਉੱਥੇ ਕਾਰ ਦਾ ਬੰਬਰ ਡਿੱਗਿਆ ਪਿਆ ਸੀ, ਜਿਸ ਨੂੰ ਵੇਖ ਕੇ ਉਹਨਾਂ ਨੂੰ ਸ਼ੱਕ ਹੋਇਆ ਅਤੇ ਉਹਨਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਦੀ ਅਤੇ ਕਾਰ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਥੋੜ੍ਹੀ ਦੇਰ ਵਿੱਚ ਗੋਤਾਖੋਰਾਂ ਨੇ ਪੁਲ ਦੇ ਹੇਠਾਂ ਡਿੱਗੀ ਵੱਡੀ ਕਾਰ ਕੱਢ ਦਿੱਤੀ, ਜਿਸ ਵਿੱਚੋਂ ਚਾਰੋਂ ਨੌਜਵਾਨ ਮ੍ਰਿਤਕ ਪਾਏ ਗਏ। 1.5 ਮਹੀਨੇ ਤੋਂ ਮੇਰੇ ਨਾਲ ਸੀਗੇ ਲਾਉਣ ਵਾਸਤੇ ਗਏ ਹੋਏ ਸੀਗੇ MP। MP ਤੋਂ ਆਇਆ, ਇੱਕ ਰਾਤ ਮੇਰੇ ਕੋਲ ਰਹੇ ਆ। ਉਸ ਤੋਂ ਬਾਅਦ ਅਗਲੀ ਰਾਤ ਕਹਿੰਦੇ ਵੀ ਅਸੀਂ ਘਰੇ ਜਾਣਾ, ਅਤੇ ਕਹਿੰਦੇ ਗੱਡੀ ਦੇ ਦੇ ਤੇਰੀ, ਤਾਂ ਅਸੀਂ ਅੱਜ ਘਰੇ ਜਾਣਾ। ਘਰੇ ਜਾਣ ਨੂੰ ਬਹੁਤ ਦਿਲ ਕਰਦਾ। ਗੱਡੀ ਲੈ ਕੇ ਮੇਰੇ ਕੋਲੋਂ ਤਕਰੀਬਨ 9:30 ਵਜੇ ਦੇ ਤਕਰੀਬਨ ਆ ਗਏ ਆ ਰਾਤ ਨੂੰ, ਅਤੇ ਘਰਦਿਆਂ ਨੂੰ ਪਤਾ ਨਹੀਂ ਹੈ ਵੀ ਆਏ ਕਿ ਨਹੀਂ ਆਏ, ਜਾਂ ਉੱਥੇ ਆ ਜਾਂ ਆ ਗਏ ਆ। ਉਸ ਤੋਂ ਬਾਅਦ ਮੈਨੂੰ ਤਾਂ ਇਹ ਲੱਗਿਆ ਵੀ ਆਪਦੇ ਘਰੇ ਜਾਂਦੇ ਰਹੇ ਇਹ, ਅਤੇ ਮੈਂ 12:00 ਵਜੇ ਟਰਾਈ ਕੀਤਾ ਦੁਪਹਿਰੇ, ਅਤੇ ਫੋਨ ਬੰਦ ਸੀ। ਸ਼ਾਮ ਨੂੰ ਫਿਰ ਟਰਾਈ ਕੀਤਾ, ਫਿਰ ਫੋਨ ਬੰਦ ਸੀਗਾ। ਉਸ ਤੋਂ ਬਾਅਦ ਇਹਨਾਂ ਦੇ ਆਂਢ ਗੁਆਂਢ 'ਚ ਮੈਂ ਫੋਨ ਲਾਇਆ, ਅਤੇ ਉਹਨਾਂ ਨੇ ਕਿਹਾ ਵੀ ਅਜੇ ਤਾਂ ਘਰ ਨਹੀਂ ਆਏ। ਫਿਰ ਅਸੀਂ ਸ਼ਾਮ ਨੂੰ 7-8 ਵਜੇ ਇਹਨਾਂ ਦੀ ਭਾਲ ਜਾਰੀ ਕੀਤੀ ਹੈ, ਅਤੇ ਹੁਣ ਸਾਨੂੰ ਇੱਥੇ ਨਹਿਰ ਦੇ ਵਿੱਚ ਡਿੱਗੇ ਮਿਲੀ ਗੱਡੀ। ਨਹਿਰ ਦਾ ਬਾਹਰ ਥੋੜ੍ਹਾ ਬੋਟਨਟ ਡਿੱਗੇ ਸੀ, ਗੱਡੀ ਦੀ ਨਿਸ਼ਾਨੀਆਂ ਪਈਆਂ ਸੀ ਬਾਹਰ, ਉੱਥੋਂ ਪਤਾ ਲੱਗਿਆ। ਮੁੰਡੇ ਇੱਕ ਤਾਂ ਨਾਂ ਦੇ ਹੈਗੇ ਗੁਰਪ੍ਰੀਤ ਜੀ ਗੁਰਲਾਲ, ਅਤੇ ਇੱਕ ਤਾਂ ਨਾਂ ਲਾਲਾ ਲੈਂਦੇ, ਨਾਂ ਇੱਕ ਸਾਧ ਮੁੰਡੇ ਦਾ ਨਾਂ। ਇੱਥੋਂ ਮਿੱਡੇ ਦੇ ਸੀ ਲੈਣ ਵਾਲੇ ਲੋਕਲੀ ਜੀ, ਹਾਂਜੀ ਇੱਕੋ ਪਿੰਡ ਦੇ ਜੀ ਸਾਰੇ, ਬਸ 20-22 ਸਾਲਾਂ ਦੇ ਤਕਰੀਬਨ ਹੈਗੇ ਜੀ ਸਾਰੇ। ਡੰਕ ਨਾਲ ਕਿਹੜੀ ਹੁੰਦੀ ਸੀ? ਹਾਂਜੀ ਇੱਕ ਦਾ ਵਿਆਹ ਸੀਗਾ ਗੁਰਪ੍ਰੀਤ ਸਿੰਘ ਦਾ ਜੀ, 2-4 ਦਿਨ ਹੀ ਰਹਿ ਗਏ ਸੀ ਜੀ। ਕਾਲ ਕਾਲ ਚੱਲੇ ਮਿੱਟੇ ਜਾ ਰਹੇ। ਕਿੰਨੇ ਦਿਨ ਸੀ? 4 ਦਿਨ। ਕਦੋਂ ਦੀ ਘਟਨਾ ਜੀ? ਸ਼ੁੱਕਰ ਪਰਸੋਂ ਰਾਤ ਦੀ। ਪਤਾ ਕਿਵੇਂ ਲੱਗਿਆ ਜੀ? ਇਹ ਸਾਨੂੰ ਗੱਡੀ ਵਾਲਿਆਂ ਨੇ ਫੋਨ ਕੀਤਾ ਜੀ, ਮਾਲਕਾਂ ਨੇ। ਸਾਨੂੰ ਨਹੀਂ ਪਤਾ ਜੀ ਉਹਨਾਂ ਕੋਲ ਕੰਮ ਕਰਦੇ ਸੀ ਵੀ ਆਉਣਗੇ ਕਿ ਨਾ ਆਉਣਗੇ। ਘਰੋਂ ਕਦੋਂ ਤੋਂ ਗਏ? 2 ਮਹੀਨੇ ਹੋ ਗਿਆ ਜੀ ਗਿਆ ਨੂੰ, ਤੇ ਕੰਮ ਕਰਕੇ ਮੁੜੇ MP ਤੋਂ। ਫਾਜ਼ਿਲਕਾ ਤੋਂ ਐਂ ਚੱਲੀ ਜਾਂਦੇ ਘਰਾਂ ਨੂੰ ਆਉਣ ਦਾ। ਹਾਂ ਤਾਂ ਹੁਣ ਅੱਜ ਸ਼ਗਨ ਲੱਗਣਾ ਜੀ। ਆਪਣਾ ਕਿਤੇ ਗੱਡੀ ਲੈ ਕੇ ਆਉਂਦੇ ਸੀਗੇ ਜੀ ਮੁੰਡੇ, ਤੂੜੀ ਵਾਲੀ ਮਸ਼ੀਨ 'ਤੇ ਗਏ ਸੀ, 1.5 ਮਹੀਨਾ ਹੋ ਗਿਆ। ਹੁਣ ਉੱਧਰੋਂ ਆਉਂਦੇ ਕਿਤੇ ਗੱਡੀ ਨਹਿਰ ਦੇ ਵਿੱਚ ਵੜ ਗਈ, 4 ਜਣੇ। ਮੇਰੇ ਮੁੰਡੇ ਦਾ ਨਾਂ ਤਾਂ ਗੁਰਲਾਲ ਸਿੰਘ ਸੀਗਾ ਜੀ, ਦੂਜੇ ਦਾ ਮੁੰਡੇ ਜਿਹੜੇ ਨਾਲ ਉਹਨਾਂ ਦੇ ਨਾਲ ਗਿਆ, ਮੈਨੂੰ ਨਹੀਂ ਪਤਾ ਵੀ ਕਿਹੜੇ ਕਿਹੜੇ ਮੁੰਡੇ ਆ। ਗੱਡੀ ਡਿੱਗੀ ਸੀ ਨਹਿਰ 'ਚ, ਕਿਨਾਂ ਲੈਂਦੇ ਕੱਢ ਕੇ ਦਿੱਤੀ ਹੈ ਬਸ, 4 ਲਾਸ਼ਾਂ ਵਿੱਚ। ਗਰੀਬ ਸੀਗੇ ਵਿਚਾਰੇ। ਸਾਨੂੰ ਤਾਂ ਜੀ ਰਾਤ ਦੇ ਲੱਗੇ ਹਾਂ, ਸੁਬਹਾ ਪਤਾ ਲੱਗਿਆ ਮੰਨ ਲਾ ਕਿਨਾਂ ਲੈਂਦੇ ਗੱਡੀ ਨੂੰ, ਜਦੋਂ ਮੇਰੇ ਟਾਇਰ ਲੱਗਿਆ ਪੈਰਾਂ ਨੂੰ, ਉਦੋਂ ਬਸ ਟੋਚਨ ਪਾ ਕੇ ਬਾਹਰ ਕੱਢ ਦੀ ਹੈਡਰ ਆਇਆ ਖਿੱਚ ਲਈ ਬਾਜੀ, ਬਸ ਕੰਪੈਨ ਤੋਂ ਆਏ ਸੀ ਵਿਚਾਰੇ ਰਿਪੇਅਰਿੰਗ ਕਰਕੇ। ਇਸ ਘਟਨਾ ਬਾਰੇ ਜਲਾਲਾਬਾਦ ਦੇ DSP ਅਮਰਜੀਤ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਇਹ ਨੌਜਵਾਨ ਨਹਿਰ ਵਿੱਚ ਡਿੱਗੇ ਸਨ, ਤਾਂ ਅਸੀਂ ਜਦੋਂ ਤਲਾਸ਼ ਸ਼ੁਰੂ ਕੀਤੀ ਤਾਂ ਇਹਨਾਂ ਦੀ ਕਾਰ ਨਹਿਰ ਵਿੱਚ ਡਿੱਗੀ ਪਾਈ ਗਈ, ਜਿਸ ਤੋਂ ਬਾਅਦ ਇਹਨਾਂ ਦੀਆਂ ਲਾਸ਼ਾਂ ਨੂੰ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਚਾਰੋਂ ਮ੍ਰਿਤਕ ਮੁਕਤਸਰ ਦੇ ਪਿੰਡ ਮਿੱਡੇ ਦੇ ਰਹਿਣ ਵਾਲੇ ਸਨ, ਜੋ ਕੰਬਾਈਨ ਉੱਤੇ ਡਰਾਈਵਰੀ ਦਾ ਕੰਮ ਕਰਦੇ ਸਨ, ਅਤੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀਆਂ ਲਾਸ਼ਾਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ। ਮਿਤੀ 12-13 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ, ਵਕਤ ਕਰੀਬ 10 ਵਜੇ ਰਾਤ ਦਾ ਸੀਗਾ, ਇੱਕ ਏਸੈਂਟ ਕਾਰ ਨਹਿਰ ਦੇ ਵਿੱਚ ਡਿੱਗ ਪਈ। ਉੱਥੇ ਬੁਲਾਈ ਵਾਲਾ ਮੋੜ ਪੈਂਦਾ, ਜਿਹੜਾ ਕਦੇ ਇਸ ਰੋਡ 'ਤੇ ਨਹੀਂ ਲੰਘਿਆ ਉਹ ਕਈ ਵਾਰ ਉੱਥੇ
ਧੋਖਾ ਖਾ ਜਾਂਦਾ। ਪਹਿਲਾਂ ਵੀ ਇੱਕ ਦੋ ਹਾਦਸੇ ਇਸ ਤਰ੍ਹਾਂ ਦੇ ਉੱਥੇ ਹੋਏ ਆ, ਅਤੇ ਇਹ ਸਾਨੂੰ ਤਾਂ ਅੱਜ ਸੁਬਹਾ ਹੀ ਇਨਫੋਰਮੇਸ਼ਨ ਮਿਲੀ ਆ ਵੀ ਇਸ ਤਰ੍ਹਾਂ ਕੋਈ ਕਾਰ ਡਿੱਗੀ ਆ। ਉਦੋਂ ਹੀ SHO ਅਰਨੀ ਵਾਲਾ ਨੇ ਗੋਤਾਖੋਰ ਮੰਗਵਾਏ ਆ, ਅਸੀਂ ਤਲਾਸ਼ ਕਰਦੇ ਰਹੇ ਹਾਂ, ਹੁਣ ਕਾਰ ਬਾਹਰ ਕੱਢ ਲਈ ਆ, ਵਿੱਚੋਂ ਚਾਰ ਡੈੱਡ ਬੋਡੀਜ਼ ਨਿਕਲੀਆਂ। ਚਾਰਾਂ ਦੀ ਉਮਰ 20 ਤੋਂ 25 ਸਾਲ ਦੇ ਦਰਮਿਆਨ ਆ, ਜਿਨ੍ਹਾਂ 'ਚੋਂ ਪਤਾ ਕਰਨ 'ਤੇ ਪਤਾ ਲੱਗਿਆ ਵੀ ਚਾਰੇ ਪਿੰਡ ਮਿੱਢਾ ਦੇ ਨੌਜਵਾਨ ਆ, ਥਾਣਾ ਖਬਰਾਲਾ ਜ਼ਿਲ੍ਹਾ ਮੁਕਤਸਰ ਦੇ। ਅਤੇ ਇਹ ਦੋਵਾਂ ਦਾ ਨਾਂ ਗੁਰਪ੍ਰੀਤ ਆ, ਇਹਨਾਂ 'ਚੋਂ ਇੱਕ ਦਾ ਨਾਂ ਗੁਰਪਾਲ ਅਤੇ ਇੱਕ ਦਾ ਨਾਂ ਜੱਸਾ ਹੈ। ਪੋਸਟਮਾਰਟਮ ਕਰਨ ਲਈ ਡੈੱਡ ਬੋਡੀਜ਼ ਭੇਜਤੀਆਂ ਅਸੀਂ ਸਿਵਲ ਹੋਸਪਿਟਲ, ਅਤੇ ਕਾਰਵਾਈ ਕਰ ਰਹੇ ਹਾਂ ਜਿਹੜੀਆਂ ਆਪਣਾ ਪੋਸਟਮਾਰਟਮ ਤੋਂ ਬਾਅਦ ਡੈੱਡ ਬੋਡੀਜ਼ ਉਹਦੇ ਵਾਰਸਾਂ ਦੇ ਹਵਾਲੇ ਕਰ ਦਿਆਂਗੇ। ਇਹ ਹੁਣ ਤਾਂ ਮਤਲਬ ਫਾਜ਼ਿਲਕਾ ਤੋਂ ਆ ਰਹੇ ਸੀ, ਆਪਦੇ ਪਿੰਡ ਮਿੱਢਾ ਜਾ ਰਹੇ ਸੀ, ਇਹ ਇਹਨਾਂ ਕੀ ਪਤਾ ਲੱਗਿਆ। ਬਾਕੀ ਹੋਰ ਪੜਤਾਲ ਜਾਰੀ ਹੈ ਵੀ ਕਿਉਂ ਹੋ ਗਿਆ, ਕਿਵੇਂ ਹੋ ਗਿਆ, ਉਹ ਦੇਖ ਰਹੇ ਹਾਂ। ਫਾਜ਼ਿਲਕਾ ਤੋਂ ਬਿਊਰੋ ਰਿਪੋਰਟ, ਬੁਲਾਰਾ ਨਿਊਜ਼।